सूखम जीवाणु सूखम दर्शी यंत्र दी सहायता नाल देखा जा सकता है। लैक्टोबैसिलस ओह जीवाणु है जो दही बनाउन विच मदद करता है। एस्परजिलस वर्गियां उलियां भोजन विच विशैलापन कर दिया हन। पाश्चीकरण दौरान दुध नू 70 डिग्री सेल्सियस तो 100 डिग्री सेल्सियस तक गर्म करके अचानक ठंडा करके स्टोर किया जाता है। सही अते गलत लिखो। ऊड़ा नंगी अख नाल सारे जीव वेखे जा सकते हैं। गलत। एंटन वैन ल्यू वेनहॉक पहला व्यक्ति सी जिसने एक सैली सूखम जीवा की व्याख्या की। सही। पेंसिलीन पेनिसिलियम नोटाटम तो तैयार की जाती है। सही। सूखम जीव जो पौद्या अते जंतुआ लई लाभकारी हुंदे हन उना नू रोग जनक कहंदे हन। गलत। मिलान करो। कोलम ऊड़ा स्ट्रेप्टोकोकस। हाँ जी, इसका सही मिलान है जीवाणु पेनिसिलियम। हाँ जी, इसका सही मिलान है उल्ली क्लेमाइडोमोनास। हाँ जी, इसका सही मिलान है काई HIV। इसका सही मिलान है विषाणु। हेठ लिखियां विच्चों केड़ी जीवाणु ना हेठ लिखियां विच्चों केड़ी जीवाणु कारण नहीं हुंदी। टाइफाइड टैटनस हैजा जा मलेरिया। हाँ जी, इदा सही जवाब है मलेरिया। इना विच्चों किसनू स्पष्ट रूप विच सजीव जा निर्जीव नहीं कहा जा सकता। नंबर एक विषाणु, नंबर दो काई, नंबर तीन जीवाणु, नंबर चार उल्ली। हाँ जी, इसका सही जवाब है विषाणु। इना विच्चों केड़ा अपना भोजन आप तैयार कर सकता है। नंबर एक काई, नंबर दो ब्रेड मोल्ड जा उल्ली, नंबर तीन डाई एटम्स, नंबर चार अमीबा। हाँ जी, राइट आंसर है काई काई जा डाई एटम्स। हेठ लिखियां विच्चों केड़ी बीमारी टीकाकरण नाल रुकती है। मलेरिया पोलियो दाद खारश हैजा। हाँ जी, सही जवाब है पोलियो। सूखम जीवां दे समूहां जां ग्रुपां दे नां लिखो। नंबर एक जीवाणु, नंबर दो उलियां, नंबर तीन प्रोटोजोआ, नंबर चार काइयां, नंबर पांच विषाणु। भोजन दा विशैलापन की है? कुछ हानिकारक सूखम जीव भोजन विच विशैला मादा पैदा करते हैं जिस नाल भोजन खाण योग नहीं रहिंदा। इस क्रिया नू भोजन दा विशैलापन कहा जांदा है। क्लोस्ट्रीडियम अते एस्परजिलस आदि सूखम जीव भोजन दा विशैलापन पैदा करन वाले सूखम जीव हन। पौद्यां विच उलियां नाल होण वाले तीन रोगां दे नां लिखो। नंबर एक गन्ने दी सीढ़ी, नंबर दो कणक दी कंग्यारी, नंबर तीन कणक अते चोलां दी कुंगी।
ਪਸ਼ੂਆਂ ਵਿੱਚ ਜੀਵਾਣੂਆਂ ਨਾਲ ਹੋਣ ਵਾਲੇ ਦੋ ਰੋਗਾਂ ਦੇ ਨਾਂ ਲਿਖੋ। ਨੰਬਰ 1 ਐਂਥਰੈਕਸ, ਨੰਬਰ 2 ਤਪਦਿਕ। ਵਿਸ਼ਾਣੂ ਕੀ ਹੁੰਦੇ ਹਨ? ਵਿਸ਼ਾਣੂਆਂ ਨਾਲ ਹੋਣ ਵਾਲੀਆਂ 3 ਬਿਮਾਰੀਆਂ ਦੇ ਨਾਂ ਲਿਖੋ। ਵਿਸ਼ਾਣੂ ਅਜਿਹੇ ਸੂਖਮ ਜੀਵ ਹਨ ਜਿਹੜੇ ਸਜੀਵਾਂ ਅਤੇ ਨਿਰਜੀਵਾਂ ਦੋਹਾਂ ਵਰਗਾਂ ਦੇ ਗੁਣ ਰੱਖਦੇ ਹਨ। ਇਹ ਆਪਣੇ ਆਪ ਪ੍ਰਜਨਨ ਨਹੀਂ ਕਰ ਸਕਦੇ। ਇਹਨਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ, ਜਿਵੇਂ ਏਡਸ, ਕੋਵਿਡ-19, ਪੋਲੀਓ, ਇਨਫਲੂਐਂਜ਼ਾ ਆਦਿ। ਟੀਕਾਕਰਨ ਦੀ ਪਰਿਭਾਸ਼ਾ ਲਿਖੋ। ਅਜਿਹੀਆਂ 3 ਬਿਮਾਰੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ। ਇਸ ਵਿਧੀ ਵਿੱਚ ਸਰੀਰ ਅੰਦਰ ਘੱਟ ਕ੍ਰਿਆਸ਼ੀਲ ਰੋਗਾਣੂ ਭੇਜ ਕੇ ਪ੍ਰਤੀਬਿੰਡ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਸਾਡਾ ਸਰੀਰ ਉਹਨਾਂ ਰੋਗਾਣੂਆਂ ਦਾ ਟਾਕਰਾ ਕਰ ਸਕੇ। ਇਸ ਤਰ੍ਹਾਂ ਅਸੀਂ ਕਿਸੇ ਖਾਸ ਬਿਮਾਰੀ ਤੋਂ ਬਚਾਅ ਕਰ ਸਕਦੇ ਹਾਂ। ਪੋਲੀਓ, ਟੈਟਨਸ ਅਤੇ ਹਲਕਾ ਜਿਹੇ ਰੋਗਾਂ ਨੂੰ ਟੀਕਾਕਰਨ ਨਾਲ ਰੋਕਿਆ ਜਾ ਸਕਦਾ ਹੈ। ਸੂਖਮ ਜੀਵ ਹੇਠ ਲਿਖਿਆਂ ਲਈ ਕਿਵੇਂ ਸਹਾਈ ਹਨ? ਨੰਬਰ 1 ਭੋਜਨ ਉਦਯੋਗ, ਨੰਬਰ 2 ਮਲ ਪ੍ਰਵਾਹ ਵਿਸਰਜਨ, ਨੰਬਰ 3 ਪਦਾਰਥਾਂ ਦਾ ਮੁੜ ਚੱਕਰਨ, ਨੰਬਰ 4 ਦਵਾਈਆਂ ਤਿਆਰ ਕਰਨਾ, ਨੰਬਰ 5 ਰੇਸ਼ਿਆਂ ਦਾ ਗਾਲਣਾ, ਨੰਬਰ 6 ਚਮੜਾ ਰੰਗਣਾ। ਨੰਬਰ 1 ਭੋਜਨ ਉਦਯੋਗ। ਲੈਕਟੋਬੈਸੀਲਸ ਉਹ ਜੀਵਾਣੂ ਹੈ ਜੋ ਦੁੱਧ ਤੋਂ ਦਹੀਂ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਕੁਝ ਜੀਵਾਣੂ ਅਤੇ ਉਲੀਆਂ ਪਨੀਰ ਬਣਾਉਣ ਵਿੱਚ ਮਦਦ ਕਰਦੇ ਹਨ। ਖਮੀਰ ਨਾਲ ਸ਼ੱਕਰ ਤੋਂ ਖਮੀਰਨ ਕ੍ਰਿਆ ਨਾਲ ਅਲਕੋਹਲ ਜਾਂ ਸ਼ਰਾਬ ਬਣਾਇਆ ਜਾਂਦਾ ਹੈ। ਖਮੀਰ ਬੈਕਰੀ ਉਦਯੋਗਾਂ ਵਿੱਚ ਵੀ ਲਾਹੇਵੰਦ ਹੈ। ਇਸ ਨਾਲ ਬ੍ਰੈਡ ਬਣਾਏ ਜਾਂਦੇ ਹਨ। ਨੰਬਰ 2 ਮਲ ਪ੍ਰਵਾਹ ਵਿਸਰਜਨ। ਸੂਖਮ ਜੀਵਾਂ ਨਾਲ ਮਲ ਪ੍ਰਵਾਹ ਦਾ ਜੈਵਿਕ ਉਪਚਾਰ ਕੀਤਾ ਜਾਂਦਾ ਹੈ। ਕੁਝ ਜੀਵਾਣੂ ਮਲ ਪ੍ਰਵਾਹ ਵਿੱਚ ਮੌਜੂਦ ਮਲ ਮੂਤਰ ਦਾ ਅਪਘਟਨ ਕਰਦੇ ਹਨ। ਇਸ ਤਰ੍ਹਾਂ ਮਲ ਦਾ ਉਪਚਾਰ ਆਸਾਨ ਹੋ ਜਾਂਦਾ ਹੈ। ਨੰਬਰ 3 ਪਦਾਰਥਾਂ ਦਾ ਮੁੜ ਚੱਕਰਨ। ਸੂਖਮ ਜੀਵ ਅਪਘਟਨ ਕ੍ਰਿਆ ਨਾਲ ਮਹੱਤਵਪੂਰਨ ਜੈਵ ਭੂ ਰਸਾਇਣਿਕ ਚੱਕਰਾਂ ਵਿੱਚ ਸਹਾਇਤਾ ਸਹਾਇਤਾ ਕਰਦੇ ਹਨ, ਜਿਸ ਨਾਲ ਕਾਰਬਨ, ਨਾਈਟ੍ਰੋਜਨ, ਫਾਸਫੋਰਸ ਆਦਿ ਨੂੰ ਮੁੜ ਭੂਮੀ ਵਿੱਚ ਭੇਜਿਆ ਜਾਂਦਾ ਹੈ। ਦਵਾਈਆਂ ਤਿਆਰ ਕਰਨਾ। ਸੂਖਮ ਜੀਵ ਪ੍ਰੋਬਾਇਓਟਿਕਸ ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਸਹਾਇਕ ਹੁੰਦੇ ਹਨ। ਉਲੀਆਂ ਤੋਂ ਪੈਂਸਲੀਨ ਜਿਹੀਆਂ ਪ੍ਰਤੀਜੈਵਿਕ ਦਵਾਈਆਂ ਬਣਾਈਆਂ ਜਾਂਦੀਆਂ ਹਨ। ਰੇਸ਼ਿਆਂ ਦਾ ਗਾਲਣਾ। ਸਣ ਦੇ ਪੌਦਿਆਂ ਦੇ ਪੂਲੇ ਪਾਣੀ ਵਿੱਚ ਰੱਖੇ ਜਾਂਦੇ ਹਨ ਤਾਂ ਜੋ ਸੂਖਮ ਜੀਵ ਸਣ ਦੇ ਤਣੇ ਦਾ ਅਪਗਲਣ ਕਰ ਦੇਣ, ਜਿਸ ਉਪਰੰਤ ਸਣ ਤੋਂ ਲਿਨਨ ਦਾ ਕੱਪੜਾ ਬਣਾਇਆ ਜਾਂਦਾ ਹੈ। ਚਮੜਾ ਰੰਗਣਾ। ਜੀਵਾਣੂ ਪਸ਼ੂਆਂ ਦੀ ਚਮੜੀ ਉੱਤੇ ਕ੍ਰਿਆ ਕਰਕੇ ਉਸ ਨੂੰ ਨਰਮ ਤੇ ਲਚਕਦਾਰ ਬਣਾ ਦਿੰਦੇ ਹਨ, ਜਿਸ ਉਪਰੰਤ ਚਮੜੇ ਨੂੰ ਰੰਗਾਈ ਕਰਕੇ ਵੱਖ ਵੱਖ ਵਸਤੂਆਂ ਦੇ ਨਿਰਮਾਣ ਲਈ ਵਰਤਿਆ ਜਾ ਸਕਦਾ ਹੈ। ਭੋਜਨ ਦੀ ਸੰਭਾਲ ਦੇ ਵੱਖ ਵੱਖ ਢੰਗ ਲਿਖੋ। ਉਹ ਪ੍ਰਕਿਰਿਆ ਜਿਸ ਨਾਲ ਭੋਜਨ ਨੂੰ ਪੋਸ਼ਕ ਤੱਤ ਗੁਆਏ ਬਿਨਾ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ, ਭੋਜਨ ਦਾ ਸੁਰੱਖਿਅਣ ਕਹਾਉਂਦੀ ਹੈ। ਇਸ ਦੀਆਂ ਵਿਧੀਆਂ ਇਸ ਪ੍ਰਕਾਰ ਹਨ।
ਨੰਬਰ 1 ਸੁਕਾਉਣਾ ਭੋਜਨ ਜਿਵੇਂ ਅਨਾਜ ਨੂੰ ਸੁਕਾਇਆ ਜਾਂਦਾ ਹੈ ਤਾਂ ਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਘਟਾਈ ਜਾ ਸਕੇ। ਇਸ ਤਰ੍ਹਾਂ ਸੂਖਮ ਜੀਵਾਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਅਨਾਜ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ। ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ। ਖੰਡ ਅਤੇ ਲੂਣ ਭੋਜਨ ਪਦਾਰਥਾਂ ਅਤੇ ਸੂਖਮ ਜੀਵਾਂ ਵਿੱਚੋਂ ਪਾਣੀ ਸੋਖ ਲੈਂਦੇ ਹਨ। ਇਸ ਤਰ੍ਹਾਂ ਭੋਜਨ ਸੁਰੱਖਿਅਤ ਰਹਿੰਦਾ ਹੈ। ਮਾਸ, ਮੱਛੀ, ਸਬਜ਼ੀਆਂ ਆਦਿ ਨੂੰ ਲੂਣ ਲਗਾ ਕੇ ਰੱਖਿਆ ਜਾਂਦਾ ਹੈ। ਫਲਾਂ ਦਾ ਮੁਰੱਬਾ, ਜੈਮ ਆਦਿ ਖੰਡ ਨਾਲ ਭੋਜਨ ਸੁਰੱਖਿਅਣ ਦੀਆਂ ਉਦਾਹਰਨਾਂ ਹਨ। ਸਿਰਕੇ ਨਾਲ ਸੰਭਾਲ। ਕਈ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਦੇ ਅਚਾਰਾਂ ਵਿੱਚ ਸਿਰਕਾ ਸੁਰੱਖਿਅਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਗਰਮ ਅਤੇ ਠੰਡਾ ਉਪਚਾਰ। ਭੋਜਨ ਪਦਾਰਥਾਂ ਨੂੰ ਉਬਾਲ ਕੇ ਸੁਰੱਖਿਅਤ ਕੀਤਾ ਜਾਂਦਾ ਹੈ ਕਿਉਂਕਿ ਘੱਟ ਤਾਪਮਾਨ 'ਤੇ ਸੂਖਮ ਜੀਵਾਂ ਦਾ ਵਾਧਾ ਜ਼ਿਆਦਾ ਹੁੰਦਾ ਹੈ। ਪਾਸਚੀਕਰਨ ਵਿੱਚ ਦੁੱਧ ਨੂੰ 70 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਇੱਕਦਮ ਠੰਡਾ ਕਰਕੇ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਦੁੱਧ ਸੂਖਮ ਜੀਵ ਰਹਿਤ ਹੋ ਜਾਵੇ ਅਤੇ ਖਰਾਬ ਹੋਣ ਤੋਂ ਬਚਿਆ ਰਹੇ। ਨੰਬਰ 5 ਹਵਾ ਰਹਿਤ ਪੈਕਿੰਗ। ਸੁੱਕੇ ਮੇਵਿਆਂ ਅਤੇ ਤੇਲ ਯੁਕਤ ਭੋਜਨ ਪਦਾਰਥਾਂ ਨੂੰ ਹਵਾ ਰਹਿਤ ਪੈਕਿੰਗ ਵਿੱਚ ਰੱਖਣ 'ਤੇ ਦੁਰਗੰਧਤਾ ਤੋਂ ਬਚਾਅ ਹੁੰਦਾ ਹੈ। ਨੰਬਰ 6 ਠੰਡਾ ਜਮਾਉਣਾ। ਕਈ ਭੋਜਨ ਪਦਾਰਥਾਂ ਨੂੰ ਜਮਾਓ ਦਰਜੇ ਤੋਂ ਘੱਟ ਤਾਪਮਾਨ ਉੱਤੇ ਸਟੋਰ ਕੀਤਾ ਜਾਂਦਾ ਹੈ। ਘੱਟ ਤਾਪਮਾਨ ਕਾਰਨ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਜਾਂ ਅਕ੍ਰਿਆਸ਼ੀਲ ਹੋ ਜਾਂਦੇ ਹਨ। ਇਸ ਤਰ੍ਹਾਂ ਭੋਜਨ ਪਦਾਰਥ ਸੁਰੱਖਿਅਤ ਰਹਿੰਦੇ ਹਨ। ਵੱਖ ਵੱਖ ਤਰ੍ਹਾਂ ਦੇ ਜੀਵਾਣੂਆਂ ਦੇ ਚਿੱਤਰ ਬਣਾਓ। ਵੱਖ ਵੱਖ ਤਰ੍ਹਾਂ ਦੇ ਜੀਵਾਣੂਆਂ ਦੇ ਚਿੱਤਰ ਇਸ ਪ੍ਰਕਾਰ ਹਨ। ਹਾਂਜੀ, ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਇਹ ਹੈ ਗੋਲਾਕਾਰ ਜੀਵਾਣੂ ਜਾਂ ਕੋਕਸ। ਹਾਂਜੀ, ਅੱਗੇ ਹੈ ਜੀ ਕੋਮਾ ਆਕਾਰ, ਜਿਸ ਨੂੰ ਕਿ ਵਿਬਰਿਓ ਵੀ ਜੋ ਹੈ ਕਿਹਾ ਜਾਂਦਾ ਹੈ। ਫਿਰ ਹੈ ਛੜ ਆਕਾਰ ਜਾਂ ਬੈਸੀਲਸ। ਹਾਂਜੀ, ਇਸ ਤੋਂ ਬਾਅਦ ਹੈ ਜੀ ਕੁੰਡਲ ਆਕਾਰ, ਸਪਾਇਰਿਲਾ। ਵੱਖ ਵੱਖ ਤਰ੍ਹਾਂ ਦੇ ਜੀਵਾਣੂਆਂ ਦੇ ਚਿੱਤਰ। ਹਾਂਜੀ, ਇਹ ਵੀ ਅਸੀਂ ਵੇਖ ਸਕਦੇ ਹਾਂ, ਕੋਮਾ ਆਕਾਰ ਜੀਵਾਣੂ ਵਿਬਰੀਓ, ਛੜ ਆਕਾਰ ਜੀਵਾਣੂ ਬੈਸੀਲਸ, ਕੁੰਡਲ ਆਕਾਰ ਜੀਵਾਣੂ ਸਪਾਇਰਲਾ, ਗੋਲਾਕਾਰ ਜੀਵਾਣੂ ਜਾਂ ਕੋਕਸ। ਸੋਚੋ ਅਤੇ ਉੱਤਰ ਦਿਓ। ਬ੍ਰੈਡ ਮੋਲਡ ਜਾਂ ਡਬਲ ਰੋਟੀ ਦੀ ਉੱਲੀ ਦਾ ਵਿਗਿਆਨਕ ਨਾਂ ਦੱਸੋ। ਰਾਈਜ਼ੋਪਸ। ਕਿਸ ਮੌਸਮ ਵਿੱਚ ਸਾਡੇ ਘਰ ਦੀਆਂ ਬਹੁਤੀਆਂ ਚੀਜ਼ਾਂ ਨੂੰ ਉੱਲੀ ਲੱਗ ਜਾਂਦੀ ਹੈ? ਵੱਧ ਨਮੀ ਵਾਲੇ ਗਰਮੀ ਦੇ ਮੌਸਮ ਵਿੱਚ। ਕਾਈ ਦਾ ਹਰਾ ਰੰਗ ਕਿਸ ਕਾਰਨ ਹੁੰਦਾ ਹੈ? ਕਲੋਰੋਫਿਲ ਕਾਰਨ। ਸਪਾਇਰੋਗਾਇਰਾ ਕਿੱਥੇ ਪਾਇਆ ਜਾਂਦਾ ਹੈ? ਝੀਲ ਅਤੇ ਤਲਾਬ ਵਰਗੇ ਤਾਜ਼ੇ ਪਾਣੀ ਦੇ ਸੋਮਿਆਂ ਵਿੱਚ।